पंजाबी, उर्दू, कश्मीरी, सिंधी, गुजराती ट्रांसलेटर दे ट्रांसलेटर दा काम किया। जनेजा पंजाब नॉन कमर्शियल फोटोग्राफर होते 18 तो बाद देशों इन्हों 250 तो बाद प्रदर्शनियां लग चुकिया ने। Can you see? सरदार जनमेजा सिंह जौल एक लिखारी भी ने। इन्हों हूं तक 29 किताबा छप चुकिया ने जिन्हें च बाल साहित्य दिया 16 किताबा ने। इस तो इलावा अखबारों फोटो फीचर्स की शुरुआत भी इन्होंने ही की। कई अखबारों च इन्हों वक् वक् कॉलम भी छपते हैं। लेखन के नाल नाल संपादन भी करते हैं। 1980 च एग्रीकल्चरल यूनिवर्सिटी तो बाहर सब तो पहला खेतीबाड़ी मैगजीन का संपादन किया। इस तो इलावा उन्होंने होर भी कई मैगजीना का संपादन किया। जनमेजा सिंह जौल सभ्याचार के प्रचार प्रसार च भी बढ़ चढ़ के हिस्सा लेंदे ने। भावें वह कुड़ियों का गिद्धा भंगड़ा कैंप होवे, लोक बोलियां की सीडी, भंगड़ा प्रैक्टिस की सीडी या बच्चों को पंजाबी सिखाने की सीडी होवे। इस तो इलावा वक्-वक् समय च समाज सेवा के काम भी करते हैं। आओ मुलाकात करते हैं बहुपक्षी शख्सियत के मालिक सरदार जनमेजा सिंह जौल होरां दा। हुनर ते हौसला जिहदे कोल होवे Maybe just increase the volume. Increase from the other one also. मेरा जन्म पिंड मुकंदपुर पुराना जिला जलंधर हुण जिला नवांशहर होया सी। उदों बाद जिहड़ी पढ़ाई आ उह शुरू कीती सी अमृतसर तो पहलियां एक दो क्लासा ते उस तों बाद फिर असीं लुधियाणे आ गए ते लुधियाणे ही फिर जिहड़ी आ दसवीं तक वख-वख स्कूलां च पढ़ाई कीती। उस तों बाद यूएसए जाके इलैक्ट्रॉनिक्स दी डिग्री कीती ते उस तों बाद डिसाइड कर लिया कि वापस इंडिया जाके रहना और इत्थे ही आके अपने जिहड़ा इहनूं ही कर्म भूमि असीं जिहड़ी आ ਮੈਂ ਆਪਣੀ ਬਣਾਈ ਆ। ਜਨਮੇਜਾ ਜੀ ਪੜ੍ਹਾਈ ਤੋਂ ਬਾਅਦ ਅਹਿਮ ਸਵਾਲ ਜਿਹਦਾ ਹਰ ਕੋਈ ਸਾਹਮਣਾ ਕਰਦਾ ਹੈ ਕਿ ਹੁਣ ਮੈਂ ਨੌਕਰੀ ਕਰਾਂ ਜਾਂ ਬਿਜ਼ਨਸ ਵੱਲ ਜਾਵਾਂ, ਤੁਸੀਂ ਕਿਹੜਾ ਰਾਹ ਚੁਣਿਆ? ਰਾਹ ਬੜਾ ਸਿੰਪਲ ਸੀਗਾ ਕਿਉਂਕਿ ਮਨ ਦੇ ਵਿੱਚ ਇਹ ਪੱਕਾ ਧਾਰਿਆ ਸੀ ਕਿ ਜਦੋਂ ਮੈਂ ਇੱਥੇ ਸੀ ਕਿ ਪੰਜਾਬ ਦੀ ਡਾਕੂਮੈਂਟੇਸ਼ਨ ਕਰਨੀ ਆ ਹਰ ਕਿਸਮ ਦੀ, ਵਿਜੂਅਲ ਵੀ ਕਰਨੀ ਆ ਤੇ ਆਡੀਓ ਵੀ ਕਰਨੀ ਆ ਤੇ ਆਪਣੀ ਜਿਹੜੀ ਆ ਲਿਖਤੀ ਰੂਪ ਦੇ ਵਿੱਚ ਵੀ ਬਹੁਤ ਕੁਛ ਆ ਕਿਉਂਕਿ ਸਾਰੀ ਦੁਨੀਆਂ ਨੂੰ ਪੰਜਾਬ ਬਾਰੇ ਪਤਾ ਨਹੀਂ ਹੈ। ਮੈਂ ਇਹ ਡਿਸਾਈਡ ਕਰ ਲਿਆ ਕਿ ਵੀ ਇਹ ਕਰਨਾ ਔਰ ਮੈਂ ਇੱਥੇ ਆ ਕੇ ਇਹ ਕੰਮ ਹੀ ਕੀਤਾ। ਇਸੇ ਦੇ ਵਿੱਚੋਂ ਹੀ ਜਿਹੜਾ ਆਪਣੇ ਆਪ ਥੋੜਾ ਬਹੁਤ ਰੁਜ਼ਗਾਰ ਪੈਦਾ ਹੁੰਦਾ ਰਿਹਾ ਔਰ ਮੈਂ ਜਿਹੜੇ ਆਪਣੇ ਕੰਮ ਹੈ ਜਿਹਦੇ ਤੇ ਕੰਸਨਟ੍ਰੇਟ ਕਰਦਾ ਰਿਹਾ, ਚਾਹੇ ਉਹ ਕੰਪਿਊਟਰ ਦੇ ਵਿੱਚ ਹੈ, ਚਾਹੇ ਉਹ ਲਿਖਣ ਦੇ ਵਿੱਚ ਹੈ, ਚਾਹੇ ਉਹ ਡਾਕੂਮੈਂਟੇਸ਼ਨ ਦੇ ਵਿੱਚ ਹੈ। ਔਰ ਮੈਂ ਖੁਦ ਕਿਉਂਕਿ ਇੰਜੀਨੀਅਰ ਹੋਣ ਕਰਕੇ ਇਲੈਕਟ੍ਰੋਨਿਕਸ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਸੀ, ਮਕੈਨੀਕਲ ਇੰਜੀਨੀਅਰਿੰਗ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਸੀ। ਅਸੀਂ ਇੱਕ ਡੀਜ਼ਲ ਵਾਲਾ ਮੋਟਰਸਾਈਕਲ ਬਣਾ ਕੇ ਸਾਰੇ ਪੰਜਾਬ ਘੁੰਮਿਆ। ਤਕਰੀਬਨ 8000 ਪੰਜਾਬ ਦਾ ਪਿੰਡ ਜਿਹੜਾ ਉਹ ਮੇਰਾ ਐਨ ਤਸੱਲੀ ਦੇ ਨਾਲ ਦੇਖਿਆ ਹੋਇਆ ਔਰ ਉਹ ਡਾਕੂਮੈਂਟ ਕੀਤਾ ਔਰ ਉੱਥੋਂ ਮੈਨੂੰ ਬਹੁਤ ਕੁਛ ਲੱਭਿਆ, ਜੀਵਨ ਜਾਂਚ ਵੀ ਲੱਭੀ ਲੋਕਾਂ ਦੇ ਵਿੱਚ ਆਇਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਆ ਉਹ ਮੈਨੂੰ ਜੀਵਨ ਦੇ ਵਿੱਚ ਇੱਕ ਸਹਿਜ ਲੱਭਿਆ ਜਿਹਦੇ ਨਾਲ ਕਿ ਜਿਹੜੀ ਕੁਦਰਤ ਹੈ ਉਹ ਤੁਹਾਡਾ ਆਪਣੇ ਆਪ ਹੀ ਤੁਹਾਡੀਆਂ ਲੋੜਾਂ ਪੂਰੀ ਕਰਦੀ ਆ। ਸੋ ਇਸ ਤਰ੍ਹਾਂ ਮੈਂ ਸਮਝਦਾ ਕਿ ਕੈਰੀਅਰ ਜਿਹੜਾ ਮੇਰਾ ਸੀ ਉਹ ਮੇਰੀ ਕੁਦਰਤ ਸੀਗੀ। ਯਾਨੀ ਕਿ ਤੁਸੀਂ ਕੁਦਰਤ ਨੂੰ ਪਿਆਰ ਕਰਨ ਵਾਲੇ ਇੱਕ ਰਚਨਾਤਮਕ ਜੀਵ ਹੋ। ਸੋ ਰਚਨਾਤਮਕਤਾ ਜਿਹੜੀ ਹੈ ਉਹ ਜ਼ਿੰਦਗੀ ਦੇ ਵਿੱਚ ਸਾਰਥਕਤਾ ਲਿਆਉਂਦੀ ਹੈ, ਤੁਸੀਂ ਕਿਹੜੀਆਂ ਕਿਹੜੀਆਂ ਰਚਨਾਵਾਂ ਲਿਖੀਆਂ? ਹਾਂਜੀ, ਮੈਂ ਸਭ ਤੋਂ ਪਹਿਲਾਂ ਤੇ ਆਰਟੀਕਲ ਲਿਖਣੇ ਸ਼ੁਰੂ ਕੀਤੇ ਔਰ ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਅਖਬਾਰਾਂ ਸੀਗੀਆਂ ਉਹਨਾਂ ਦੇ ਵਿੱਚ ਜਿਹੜੇ ਆਰਟੀਕਲ ਸੀਗੇ ਉਹ ਬਿਨਾਂ ਫੋਟੋਆਂ ਤੋਂ ਛਪਦੇ ਸੀ ਜਾਂ ਬਲੈਕ ਐਂਡ ਵਾਈਟ ਫੋਟੋਆਂ ਦੇ ਨਾਲ ਛਪਦੇ ਸੀ। ਸੋ ਮੈਂ ਪਹਿਲੀ ਵਾਰੀ ਰੰਗਦਾਰ ਫੋਟੋਆਂ ਦੇ ਨਾਲ ਜਿਹੜੇ ਆਰਟੀਕਲ ਹੈ ਉਹ ਲਿਖਣੇ ਸ਼ੁਰੂ ਕੀਤੇ ਔਰ ਸਮਾਜ ਦੇ ਵਿੱਚ ਜੋ ਕੁਛ ਵਾਪਰ ਰਿਹਾ ਸੀ ਉਸ ਨੂੰ ਇੱਕ ਕ੍ਰਿਟਿਕ ਜਾਂ ਇੱਕ ਐਨਾਲਿਟੀਕਲ ਤੌਰ ਤੇ ਉਸ ਨੂੰ ਲਿਖਿਆ ਕਿ ਕੀ ਹੋ ਰਿਹਾ।
ਤੇ ਉਸ ਤੋਂ ਬਾਅਦ ਉਹ ਤਕਰੀਬਨ ਸਮਝੋ ਕਈ ਹਜ਼ਾਰ ਆਰਟੀਕਲ ਮੇਰੇ ਸਾਰੀਆਂ ਅਖਬਾਰਾਂ ਨੇ ਛਾਪਿਆ, ਚਾਹੇ ਉਹ ਪੰਜਾਬੀ ਆ, ਹਿੰਦੀ ਆ, ਇੰਗਲਿਸ਼ ਹੈ। ਉਸ ਤੋਂ ਬਾਅਦ ਕਾਫੀ ਮੈਗਜ਼ੀਨਾਂ ਨੇ ਵੀ ਛਾਪੇ ਆ। ਪਰ ਫਿਰ ਮੈਂ ਸੋਚਿਆ ਕਿ ਵੀ ਇਹ ਜਿਹੜੇ ਆਰਟੀਕਲ ਨੇ ਇਹ ਅੱਜ ਆਉਂਦੇ ਨੇ ਕੱਲ ਨੂੰ ਗੁੰਮ ਜਾਂਦੇ ਨੇ, ਤੇ ਕਿਉਂ ਨਾ ਇਹਨਾਂ ਨੂੰ ਕਿਤਾਬੀ ਰੂਪ ਦਿੱਤਾ ਜਾਵੇ। ਸੋ ਮੈਂ ਕ੍ਰੀਏਟਿਵ ਰਾਈਟਿੰਗ ਦੇ ਵਿੱਚ ਥੋੜਾ ਜਿਹਾ ਆਪਣਾ ਹੱਥ ਕੀਤਾ। ਪਹਿਲਾਂ ਰੁਬਾਈਆਂ ਦੀ ਕਿਤਾਬ ਛਾਪੀ, ਫਿਰ ਕਵਿਤਾ ਦੀ ਕਿਤਾਬ ਛਾਪੀ, ਫਿਰ ਮੈਨੂੰ ਲੱਗਾ ਕਿ ਨਹੀਂ, ਇਹ ਵੀ ਹਰ ਬੰਦੇ ਦੇ ਸਮਝ ਆਉਣ ਵਾਲੀ ਗੱਲ ਨਹੀਂ ਹੈ। ਫਿਰ ਮੈਂ ਲੇਖ ਲਿਖੇ, ਫਿਰ ਮੈਂ ਵਿਅੰਗ ਲਿਖੇ, ਫਿਰ ਮੈਂ ਬੱਚਿਆਂ ਲਈ ਬਹੁਤ ਕੁਛ ਲਿਖਿਆ। ਸੋ ਮੈਂ ਜਿਹੜੇ ਬੱਚਿਆਂ ਨਾਲ ਇੰਟਰੈਕਸ਼ਨ ਦੇ ਵਿੱਚ ਮੈਂ ਸਕੂਲਾਂ ਕਾਲਜਾਂ ਚ ਫਿਰ ਤੁਰ ਕੇ ਦੇਖਿਆ, ਔਰ ਮੈਂ ਉਸ ਤੋਂ ਬਾਅਦ ਜਿਹੜੇ ਕਹਾਣੀਆਂ ਬੱਚਿਆਂ ਨੇ ਲਿਖੀਆਂ ਉਸ ਪੁਆਇੰਟ ਆਫ ਵਿਊ ਤੋਂ ਲਿਖੀਆਂ। ਔਰ ਮੈਂ ਜਿਵੇਂ ਬੜੀਆਂ ਇੰਟਰਸਟਿੰਗ ਕਹਾਣੀਆਂ ਕਈ ਹੋਈਆਂ ਨੇ, ਜਿਵੇਂ ਟਾਈ ਵਾਲਾ ਬਾਂਦਰ, ਜੂਹਾਂ ਦੀ ਕਾਨਫਰੰਸ, ਹਾਂਜੀ, ਤੇ ਚੈਨੀ ਵਾਲੀ ਚਿੜੀ, ਤੇ ਉਸ ਤਰ੍ਹਾਂ ਹੀ ਤਕਰੀਬਨ 15-16 ਕਿਤਾਬਾਂ ਨੇ। ਤੇ ਫਿਰ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਕਿ ਜਿਹੜੀਆਂ ਪੁਰਾਣੀਆਂ ਕਹਾਣੀਆਂ ਸੀਗੀਆਂ ਉਹਨਾਂ ਨੂੰ ਬਦਲਿਆ। ਤੇ ਜਿਵੇਂ ਉਹਦੇ ਵਿੱਚ ਸੀਗਾ ਕਿ ਖਰਗੋਸ਼ ਤੇ ਅਸੀਂ ਉਹਦੀ ਆਪਣੇ ਕੱਛੂ ਦੀ ਕਹਾਣੀ ਆਮ ਸੁਣਦੇ ਹਾਂ ਵੀ ਖਰਗੋਸ਼ ਕੱਛੂ ਜਿੱਤ ਗਿਆ, ਖਰਗੋਸ਼ ਹਾਰ ਗਿਆ, ਤੇ ਉਹਨੂੰ ਨਵੇਂ ਸਿਰਿਓਂ ਮਤਲਬ ਕਹਾਣੀ ਨੂੰ ਲਿਖਿਆ ਵੀ ਅੱਜ ਦੇ ਸਮੇਂ ਦੇ ਵਿੱਚ ਸਹਿਯੋਗ ਦੇ ਨਾਲ ਚੱਲਣਾ ਚਾਹੀਦਾ। ਤੇ ਉਹ ਕਹਾਣੀ ਫਿਰ ਵੱਖ ਵੱਖ ਥਾਵਾਂ ਤੇ ਛਪੀ ਆ ਔਰ ਬੜਾ ਅੱਛਾ ਉਹਨੂੰ ਰਿਸਪੋਂਸ ਮਿਲਿਆ। ਇਸੇ ਤਰ੍ਹਾਂ ਹੀ ਜਿਹੜੀਆਂ ਕਾਂ ਤੇ ਲੂੰਬੜੀ ਦੀ ਕਹਾਣੀ ਆ ਵੀ ਜਿਹੜਾ ਕਾਂ ਆ ਅੱਗੇ ਲੂੰਬੜੀ ਨੇ ਉਹਦੇ ਮੂੰਹ ਚੋਂ ਉਹਨੂੰ ਫੂਕ ਛਕਾ ਕੇ ਉਹਦੇ ਕੋਲ ਖੋਹ ਲਿਆ, ਤੇ ਪਰ ਹੁਣ ਜਿਹੜਾ ਕਾਂ ਆ ਉਹ ਸਿਆਣਾ ਹੋ ਗਿਆ, ਉਹਨੇ ਪਨੀਰ ਦਾ ਟੁਕੜਾ ਪੈਰ ਥੱਲੇ ਦੱਬਿਆ ਤੇ ਕਹਿੰਦਾ ਹਾਂ ਦੱਸ ਮਾਸੀ ਕਿਹੜਾ ਗਾਣਾ ਸੁਣਾਵਾ। ਸੋ ਸਮਾਂ ਬਦਲ ਗਿਆ। ਇੱਦਾਂ ਬਿੱਲੀ ਦੇ ਗੱਲ ਟੱਲੀ ਆ ਵੀ ਉਹਦੇ ਇੱਦਾਂ ਅਲੱਗ ਅਲੱਗ ਮਤਲਬ ਮੈਂ ਉਹਨੂੰ ਨਵੇਂ ਸਿਰੇ ਦੇ ਨਾਲ ਉਹਨੂੰ ਕਰਨ ਦੀ ਕੋਸ਼ਿਸ਼ ਕੀਤੀ ਆ। ਫਿਰ ਮੈਨੂੰ ਸ਼ੌਕ ਹੈਗਾ ਦੇਸੀ ਚੀਜ਼ਾਂ ਦਾ ਤੇ ਮੈਂ ਐਗਰੀਕਲਚਰ ਦਾ ਕਾਫੀ ਸ਼ੌਕ ਹੈ ਤੇ ਮੈਂ ਉਹਦੇ ਵਿੱਚ ਇੱਕ ਮੇਰੀ ਕਿਤਾਬ ਖੇਤੀਬਾੜੀ ਦਾ ਮੈਂ ਮੈਗਜ਼ੀਨ ਵੀ ਐਡਿਟ ਕਰਦਾ ਰਿਹਾ। ਤੇ ਫਿਰ ਮੇਰੀ ਪਿੱਛੇ ਜਿਹੇ ਇੱਕ ਕਿਤਾਬ ਬੜੀ ਪਾਪੂਲਰ ਹੋਈ ਆ, ਉਹ ਹੈਗੀ ਗੁਣਕਾਰੀ ਪੌਦੇ, ਪੰਜਾਬ ਦੇ 100 ਦਰਖਤਾਂ ਜਾਂ ਪੌਦਿਆਂ ਦੇ ਉੱਤੇ ਉਹ ਹੈਗੀ, ਉਹਨਾਂ ਬਾਰੇ ਮੁੱਢਲੀ ਜਾਣਕਾਰੀ ਆ ਕਿ ਉਹ ਕਿਵੇਂ ਮਨੁੱਖ ਲਈ ਗੁਣਕਾਰੀ ਆ ਤੇ ਕਿਵੇਂ ਮਨੁੱਖ ਉਹਨਾਂ ਤੋਂ ਫਾਇਦਾ ਲੈ ਸਕਦਾ। ਫਿਰ ਪੁਰਾਣੀਆਂ ਬੋਲੀਆਂ ਇਕੱਠੀਆਂ ਕੀਤੀਆਂ ਵੀ ਅਸੀਂ ਆਮ ਬੋਲੀਆਂ ਜਿਵੇਂ ਪਾਉਂਦੇ ਹਾਂ 2-2 ਲਾਈਨਾਂ ਦੀਆਂ ਜਾਂ 4-4 ਲਾਈਨਾਂ ਦੀਆਂ ਹੁੰਦੀਆਂ, ਪਰ ਉਹ ਜਿੰਨੀਆਂ ਬੋਲੀਆਂ ਨੇ ਉਹਨਾਂ ਦਾ ਮੁੱਢ ਹਮੇਸ਼ਾ ਇੱਕ ਲਾਈਨ ਤੋਂ ਵੱਜਦਾ ਹੁੰਦਾ। ਜਿੰਨੀਆਂ ਬੋਲੀਆਂ ਨੇ ਉਹ ਇੱਕ ਲਾਈਨ ਤੋਂ ਵੱਜਦਾ ਹੁੰਦਾ, ਉਹ ਇੱਕ ਲਾਈਨ ਦੀਆਂ ਬੋਲੀਆਂ 5,000 ਬੋਲੀ ਇਕੱਠੀ ਕੀਤੀ ਔਰ ਉਹਦੀ ਇੱਕ ਕਿਤਾਬ ਵੀ ਛਾਪੀ ਆ ਮੁਹੱਬਤੀ ਬੋਲੀਆਂ ਵਿੱਚੋਂ। ਔਰ ਜਦੋਂ ਤੁਸੀਂ ਉਹ ਪੜੋਗੇ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੇ ਸਿੰਗਰਾਂ ਨੇ ਉਹਦੇ ਵਿੱਚੋਂ ਉਹ ਇੱਕ ਇੱਕ ਲਾਈਨ ਲੈ ਕੇ ਤੇ ਗਾਹਾਂ ਗੀਤ ਬਣਾਏ ਨੇ, ਕਿੰਨੇ ਰਾਈਟਰਾਂ ਨੇ ਉਹ ਤੋਂ ਬਣਾਏ ਨੇ ਮੂਲ ਤੋਂ। ਸੋ ਇਸ ਤਰ੍ਹਾਂ ਮੇਰਾ ਕੰਮ ਜਿਹੜਾ ਹੈਗਾ ਮੂਲ ਤੌਰ ਤੇ ਉਹ ਆ ਉਹਨੂੰ ਇਕੱਠਾ ਕਰਨਾ। ਫਿਰ ਮੇਰੇ ਮਨ ਚ ਸੀ ਵੀ ਜਿਹੜੀ ਪੰਜਾਬੀ ਆ ਉਹ ਤਾਂ ਪ੍ਰਮੋਟ ਹੋਏਗੀ ਅਗਰ ਉਹ ਟੈਕਨੀਕਲੀ ਅਵੇਲੇਬਲ ਹੋਏਗੀ, ਹਰ ਕੰਪਿਊਟਰ ਤੇ ਹੋਏਗੀ। ਤੁਸੀਂ ਕੰਪਿਊਟਰ ਡਿਵੈਲਪਰ ਵੀ ਹੋ ਔਰ ਪੰਜਾਬੀ ਭਾਸ਼ਾ ਦਾ ਪਹਿਲਾ ਫੌਂਟ ਜਿਹੜਾ ਉਹ ਤੁਸੀਂ ਹੀ ਤਿਆਰ ਕੀਤਾ, ਉਹਦੇ ਬਾਰੇ ਦੱਸੋ। ਮੈਂ ਪੰਜਾਬੀ ਦੀ ਫੌਂਟ ਬਣਾਈ ਪਹਿਲੀ ਸਭ ਤੋਂ 1990 ਦੇ ਵਿੱਚ, ਜਿਹੜੀ ਅੱਜ ਪੰਜਾਬੀ ਸਾਰੀ ਫ੍ਰੀ ਆ ਕਿਉਂਕਿ ਉਸ ਵੇਲੇ 90-80 ਹਜ਼ਾਰ ਦੀ ਫੌਂਟ ਹੁੰਦੀ ਸੀਗੀ ਤੇ ਮੈਂ ਬਣਾ ਕੇ ਸਾਰੀ ਫ੍ਰੀ ਕੀਤੀ ਔਰ ਸਾਰੇ ਜਿੰਨੇ ਲੋਕ ਟਾਈਪਰਾਈਟਰ ਤੇ ਕੰਮ ਕਰਦੇ ਸੀ ਉਹ ਰਾਤੋ ਰਾਤ ਉਹਨਾਂ ਨੂੰ ਇਸ ਤਰੀਕੇ ਨਾਲ ਕੀਤਾ ਕਿ ਰਾਤੋ ਰਾਤ ਉਹ ਕੰਪਿਊਟਰ ਦੀ 15 ਮਿੰਟ ਦੀ ਟ੍ਰੇਨਿੰਗ ਦੇ ਨਾਲ ਪੰਜਾਬੀ ਟਾਈਪ ਕਰਨਾ ਪੈਂਦੇ ਸੀ। ਔਰ ਅੱਜ ਵੀ ਕਚਹਿਰੀਆਂ ਦੇ ਵਿੱਚ ਮੇਰੇ ਨਾਂ ਉੱਤੇ ਫੌਂਟ ਚੱਲਦੀ ਆ ਔਰ ਲੋਕ ਜਿਹੜੇ ਨੇ ਉਹਨੂੰ ਯੂਜ਼ ਕਰਦੇ ਨੇ। ਤੇ ਜਿਹੜਾ ਉਹਦੇ ਨਾਲ ਬੜਾ ਫਾਇਦਾ ਹੋਇਆ, ਉਹਦੇ ਨਾਲ ਬੜੀ ਲੋਕਾਂ ਨੇ ਐਪਰੀਸ਼ੀਏਟ ਕੀਤਾ। ਫਿਰ ਸਭ ਤੋਂ ਪਹਿਲਾਂ ਅਸੀਂ ਜਿਹੜਾ ਕੀਬੋਰਡ ਫੌਂਟ ਕਨਵਰਟਰ ਬਣਾਇਆ, ਮੇਰੇ ਬੇਟੇ ਨੇ ਵੀ ਮਦਦ ਕੀਤੀ ਕਿਉਂਕਿ ਉਹ ਵੀ ਹੁਣ IT ਦੇ ਵਿੱਚ ਇਸ ਵੇਲੇ ਟੌਪ ਮੋਸਟ ਪ੍ਰੋਗਰਾਮਰ ਹੈ ਤੇ ਭਾਵੇਂ ਉਹ ਇੰਡੀਆ 'ਚ ਨਹੀਂ ਰਹਿ ਰਿਹਾ, ਬਾਹਰ ਰਹਿ ਰਿਹਾ। ਤੇ ਅਸੀਂ ਉਹ ਪ੍ਰੋਗਰਾਮ ਬਣਾ ਕੇ ਉਹ ਵੀ ਸਾਰਾ ਫ੍ਰੀ ਕੀਤਾ, ਉਹ ਵੀ ਸਾਰਾ ਫ੍ਰੀ ਕਰਕੇ ਅਸੀਂ ਲੋਕਾਂ ਨੂੰ ਫੈਸਿਲਿਟੀ ਦਿੱਤੀ। ਇਸੇ ਤਰ੍ਹਾਂ ਸਪੈਲ ਚੈੱਕ ਬਣਾਇਆ। ਸਪੈਲ ਚੈੱਕ ਦੇ ਵਿੱਚ ਕੀ ਆ ਕਿ ਸਪੈਲ ਚੈੱਕ ਔਰ ਕਨਵਰਟਰ ਦੇ ਵਿੱਚ ਇਹ ਕਿ ਇਹਨੂੰ ਦੁਨੀਆ ਦੀ ਕਿਸੇ ਵੀ ਭਾਸ਼ਾ ਲਈ ਤੁਸੀਂ ਵਰਤ ਸਕਦੇ ਹੋ, ਸਿਰਫ ਡੇਟਾਬੇਸ ਦੀ ਫਾਈਲ ਚੇਂਜ ਕਰਨੀ ਆ, ਜਿਹੜੀ ਮਰਜ਼ੀ ਭਾਸ਼ਾ ਦੇ ਵਿੱਚ ਤੁਸੀਂ ਉਸ ਪ੍ਰੋਗਰਾਮ ਨੂੰ ਵਰਤ ਸਕਦੇ ਹੋ। ਤੁਸੀਂ ਲਿਖਾਰੀ ਵੀ ਹੋ, ਉਸ ਤੋਂ ਬਾਅਦ ਤੁਸੀਂ ਕੰਪਿਊਟਰ ਡਿਵੈਲਪਰ ਵੀ ਹੋ, ਪਰ ਇਸ ਤੋਂ ਇਲਾਵਾ ਤੁਸੀਂ ਫੋਟੋਗ੍ਰਾਫਰ ਵੀ ਹੋ। ਤੁਸੀਂ ਹੁਣ ਤੱਕ ਤੁਹਾਡੀਆਂ ਬਹੁਤ ਸਾਰੀਆਂ ਐਗਜ਼ੀਬਿਸ਼ਨ ਲੱਗ ਚੁੱਕੀਆਂ ਨੇ ਫੋਟੋਗ੍ਰਾਫਸ ਦੀਆਂ, ਔਰ ਇਸ ਤੋਂ ਇਲਾਵਾ ਤੁਸੀਂ ਡਾਕੂਮੈਂਟਰੀ ਮੂਵੀਜ਼ ਵੀ ਬਣਾਈਆਂ ਨੇ, ਕਲਚਰ ਨੂੰ ਵੀ ਪ੍ਰਮੋਟ ਕੀਤਾ, ਉਹਦੇ ਬਾਰੇ ਦੱਸੋ। ਪਹਿਲੀ ਗੱਲ ਇਹ ਆ ਕਿ ਜੇ ਮੈਂ ਕਿਹਾ ਜਾਵੇ ਕਿ ਮੈਂ ਫੋਟੋਗ੍ਰਾਫਰ ਆ ਤਾਂ ਇੱਕ ਗੱਲ ਬੜੀ ਕਲੀਅਰ ਹੋਣੀ ਚਾਹੀਦੀ ਆ ਕਿ ਫੋਟੋਗ੍ਰਾਫੀ ਨੂੰ ਮੈਂ ਇੱਕ ਮਾਧਿਅਮ ਦੇ ਤੌਰ ਤੇ ਚੁਣਿਆ ਆਪਣੀ ਗੱਲ ਕਹਿਣ ਲਈ।
ਫੋਟੋਗ੍ਰਾਫੀ ਮੇਰਾ ਕਿੱਤਾ ਨਹੀਂ ਹੈ। ਫੋਟੋਗ੍ਰਾਫੀ ਜਿਹੜੀ ਆ ਉਸ ਨੂੰ ਇੱਕ ਬੇਸ ਦੇ ਤੌਰ ਤੇ ਜਿਵੇਂ ਕੋਈ ਕਹਾਣੀ ਲਿਖਣ ਲਈ ਚੁਣਦਾ, ਕੋਈ ਨਾਵਲ ਲਿਖਣ ਲਈ ਚੁਣਦਾ, ਕੋਈ ਖਬਰ ਲਿਖਣ ਲਈ ਚੁਣਦਾ, ਇਸੇ ਤਰ੍ਹਾਂ ਜਿਹੜੀ ਫੋਟੋਗ੍ਰਾਫੀ ਆ ਉਹਨੂੰ ਇੱਕ ਮਾਧਿਅਮ ਦੇ ਤੌਰ ਤੇ ਮੈਂ ਚੁਣਿਆ ਔਰ ਉਹ ਮਾਧਿਅਮ ਨੂੰ ਮੈਂ ਵਰਤਣ ਦੇ ਲਈ ਉਹਨੂੰ ਸਿੱਖਿਆ ਔਰ ਮੈਂ ਅੱਜ ਤਾਈਂ ਕਦੇ ਕੋਈ ਫੋਟੋ ਵੇਚੀ ਨਹੀਂ ਤੇ ਨਾ ਮੈਂ ਕਿਸੇ ਨੂੰ ਫੋਟੋ ਜਿਹੜੀ ਆ ਉਹ ਦਿੰਦਾ ਹੀ ਆ ਕਿਉਂਕਿ ਫੋਟੋਗ੍ਰਾਫੀ ਮੈਂ ਸਮਝਦਾ ਕਿ ਸਮੂਹਿਕ ਤੌਰ ਤੇ ਜਿਹੜੀ ਫੋਟੋਗ੍ਰਾਫ ਜਾਣੀ ਚਾਹੀਦੀ ਆ ਉਹ ਜਾਣੀ ਚਾਹੀਦੀ ਆ, ਚਾਹੇ ਉਹ ਛੱਪ ਕੇ ਜਾਵੇ, ਚਾਹੇ ਉਹ ਫੇਸਬੁੱਕ ਤੇ ਜਾਵੇ ਜਾਂ ਕਿਤੇ ਵੀ ਜਾਵੇ, ਚਲੋ ਇਹ ਤਾਂ ਅੱਜ ਦੀ ਗੱਲ ਹੈ। ਇਸੇ ਤਰ੍ਹਾਂ ਮੈਂ ਡਾਕੂਮੈਂਟਰੀਜ਼ ਬਣਾਈਆਂ ਨੇ, ਡਾਕੂਮੈਂਟਰੀਜ਼ ਵੀ ਇਸ ਤਰ੍ਹਾਂ ਨੇ ਵੀ ਉਹ ਵੀ ਰੁਟੀਨ ਤੋਂ ਹਟ ਕੇ ਨੇ, ਉਹ ਵੀ ਰੁਟੀਨ ਤੋਂ ਹਟ ਕੇ ਨੇ। ਕੋਈ ਮਤਲਬ ਮੈਂ ਇਹ ਨਹੀਂ ਕਿ ਜਿੱਦਾਂ ਮੇਰੇ ਕੋਲ ਫਰਜ਼ ਕਰੋ ਗਿੱਧਾ ਵੀ ਹੈ ਤਾਂ ਮੇਰੇ ਕੋਲ ਨੈਚੁਰਲ ਗਿੱਧਾ ਆ, ਜੇ ਮੇਰੇ ਕੋਲ ਆਪਤਾ ਨੇ ਤਾਂ ਉਹ ਨੈਚੁਰਲ ਆਪਤਾ ਨੇ। ਈਵਨ ਦੂਰਦਰਸ਼ਨ ਲਈ ਵੀ ਮੈਂ ਮਤਲਬ 6-7 ਸਕ੍ਰਿਪਟ ਲਿਖੀਆਂ ਸੀਗੀਆਂ, ਉਹਨਾਂ ਨੇ ਵੀ ਬਣਾਈਆਂ ਨੇ ਤੇ ਹੋਰ ਵੀ ਕਈ ਥਾਵਾਂ ਤੇ ਅਸੀਂ ਕੀਤੀਆਂ ਨੇ, ਯੂਨੀਵਰਸਿਟੀ ਲਈ ਬਣਾਈਆਂ ਨੇ। ਤਾਂ ਉਹ ਉਹਨਾਂ ਦੇ ਵਿੱਚ ਜਿਹੜਾ ਉਸ ਨੂੰ ਇੱਕ ਮਾਧਿਅਮ ਦੇ ਤੌਰ ਤੇ ਅਸੀਂ ਵਰਤਿਆ, ਉਹਨੂੰ ਇੱਕ ਕਿੱਤੇ ਦੇ ਤੌਰ ਤੇ ਨਹੀਂ ਵਰਤਿਆ। ਇਹ ਬੜੀ ਇੰਪੋਰਟੈਂਟ ਗੱਲ ਹੈਗੀ ਆ ਔਰ ਇਹੀ ਕਾਰਨ ਹੈ ਕਿ ਉਹ ਜਿਹੜਾ ਡਾਟਾਬੇਸ ਸੀਗਾ ਉਸ ਨੂੰ, ਜਿਹੜਾ ਫੋਟੋਗ੍ਰਾਫੀ ਦਾ ਸੀਗਾ ਉਸ ਨੂੰ ਡਾਟਾਬੇਸ ਕਰਨ ਦੀ ਖਾਤਰ ਮੈਂ ਕੰਪਿਊਟਰ ਚ ਆਇਆ। ਉਹ ਅੱਜ ਤਾਈਂ ਨਹੀਂ ਹੋਇਆ ਪਰ ਕੰਪਿਊਟਰ ਨੇ ਨਵੀਆਂ ਦਿਸ਼ਾਵਾਂ ਖੋਲ ਦਿੱਤੀਆਂ ਤੇ ਕੰਪਿਊਟਰ ਦੇ ਵਿੱਚ ਫਿਰ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਫੌਂਟਸ ਬਣ ਗਈਆਂ, ਕੋਈ ਹੋਰ ਬਣ ਗਿਆ, ਡਾਟਾਬੇਸਿੰਗ ਬਣ ਗਈ। ਹੁਣ ਮੈਂ ਸਾਰੀ ਭਾਸ਼ਾ ਦੀ ਜਿਹੜੀ ਡਾਟਾਬੇਸਿੰਗ ਹੈ ਉਹ ਕੰਪਿਊਟਰ ਉੱਤੇ ਕਰ ਰਿਹਾ। ਮੈਂ ਤਕਰੀਬਨ 5.5 ਲੱਖ ਸ਼ਬਦ ਜਿਹੜਾ ਹੈਗਾ ਪੰਜਾਬੀ ਦਾ ਕਿਰਿਆਵਾਂ ਸਣੇ ਉਹ ਇਕੱਠਾ ਕਰ ਚੁੱਕਾ, ਮੇਰੇ ਕੋਲ ਟਾਈਪ ਹੋ ਚੁੱਕਾ ਆ ਤੇ ਉਹ ਉਸ ਤੋਂ ਬਾਅਦ ਅਸੀਂ ਉਹਦੇ ਜਿਹੜੇ ਆ ਇਸ ਤਰ੍ਹਾਂ ਦਾ ਪ੍ਰੋਗਰਾਮ ਬਣਾਉਣਾ ਚਾਹੁੰਦੇ ਹਾਂ ਕਿ ਵੀ ਜਿਹੜੀ ਕੋਈ ਵੀ ਜਿਹੜਾ ਸ਼ਬਦ ਬੰਦਾ ਕੱਢੇ ਉਹਦਾ ਵਿਜੂਅਲ ਨਾਲ ਆਵੇ, ਉਹਨੂੰ ਪਤਾ ਹੋਵੇ ਵੀ ਕੀ ਆ, ਤਾਂ ਕਿ ਉਹਦੀ ਸਮਝ ਦੇ ਵਿੱਚ ਵਾਧਾ ਹੋਵੇ। ਜਿਹੜੇ ਗੁਆਚ ਰਹੇ ਸ਼ਬਦ ਆ, ਜਿਹੜੇ ਗੁਆਚੇ ਹੋਏ ਸ਼ਬਦ ਆ, ਕਿਉਂਕਿ ਕਈਆਂ ਦੇ ਹੁਣ ਸੰਦਰਭ ਹੀ ਨਹੀਂ ਰਹਿ ਗਏ। ਜੋ ਅੱਜ ਕਿਸੇ ਨੂੰ ਕਹੋ ਵੀ ਤੁਸੀਂ ਚੱਕੀ ਚੋ ਲਓ ਤੇ ਉਹਨੇ ਨਹੀਂ ਕਰਨੀ ਕਿਉਂਕਿ ਲੋੜ ਨਹੀਂ ਰਹਿ ਗਈ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਵਿਸਾਰ ਦੇਣਾ। ਇਹਨਾਂ ਦੀ ਮਿਊਜ਼ੀਅਮ ਵੈਲਿਊ ਵੀ ਹੈ, ਇਹਨਾਂ ਦੀ ਐਜੂਕੇਸ਼ਨ ਵੈਲਿਊ ਵੀ ਹੈ। ਜਿਹੜੀਆਂ ਗੱਲਾਂ ਨੇ, ਗੱਲਾਂ ਤਾਂ ਕੰਮ ਤਾਂ ਉਹੀ ਰਹਿੰਦੇ ਆ ਸਾਰੀ ਦੁਨੀਆ ਦੇ ਵਿੱਚ, ਜਿਹੜਾ ਵਿਕਾਸ ਹੈ ਕਲਚਰ ਦਾ ਉਹ ਹੁੰਦਾ ਆ। ਫਿਰ ਅਸੀਂ ਮੂਲ ਰੂਪ ਦੇ ਵਿੱਚ ਭੰਗੜਾ, ਗਿੱਧਾ ਉਹ ਵੀ ਸਾਰੇ ਸਾਂਭੇ ਆ ਤੇ ਹੋਰ ਵੀ ਐਗਜੀਬਿਸ਼ਨ ਬਹੁਤ ਲਾਈਆਂ ਨੇ। ਔਰ ਐਗਜੀਬਿਸ਼ਨ ਦੇ ਵਿੱਚ ਜਿਹੜੀ ਮੇਰੀ ਖਾਸ ਗੱਲ ਹੁੰਦੀ ਆ ਕਿ ਲਿਖ ਕੇ ਲਾਇਆ ਹੁੰਦਾ ਕਿ ਨੋਟ ਫੋਰ ਸੇਲ। ਮੈਂ ਕਦੇ ਵੀ ਜਿਹੜੀਆਂ ਐਗਜੀਬਿਸ਼ਨ ਦੇ ਵਿੱਚ ਹੈ ਉਹਨੂੰ ਸਿਰਫ ਆਪਸੀ ਵਿਚਾਰਾਂ ਦਾ ਆਦਾਨ ਪ੍ਰਦਾਨ ਤੇ ਇੱਕ ਦੂਜੇ ਨਾਲ ਜਿਹੜੀ ਸਮਝ ਨੂੰ ਵਧਾਉਣ ਘਟਾਉਣ ਦੀ ਗੱਲ ਹੈ ਉਹ ਉਹਦੇ ਖਾਤਰ ਹੀ ਕੰਮ ਕਰਦਾ ਜੀ। ਜਨਮੇਜਾ ਜੀ, ਹੁਣ ਜਾਣਨਾ ਚਾਹਾਂਗੇ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ। 1980 ਦੇ ਵਿੱਚ ਮੇਰਾ ਵਿਆਹ ਹੋ ਗਿਆ ਸੀਗਾ ਮਈ ਦੇ ਵਿੱਚ ਤੇ ਨਰਿੰਦਰ ਕੌਰ ਹੈ ਉਹਨਾਂ ਦਾ ਨਾਮ, ਮੇਰਕੇ ਤੋਂ ਹੈਗੇ ਨੇ ਤੇ ਉਦੋਂ ਬਾਅਦ ਬਸ ਏਦਾਂ ਹੀ ਜ਼ਿੰਦਗੀ ਚੱਲੀ ਗਈ। ਮੇਰੀ ਮੈਰਿਜ 1980 ਚ ਹੋਈ ਸੀ ਸਰਦਾਰ ਜਨਮੇਜਾ ਸਿੰਘ ਜੌਲ ਦੇ ਨਾਲ। ਮੈਰਿਜ ਦੇ ਬਾਰੇ ਚ ਇਸ ਤਰ੍ਹਾਂ ਹੈ ਕਿ ਮੈਂ ਬਚਪਨ ਤੋਂ ਹੀ ਇਸ ਫੈਮਿਲੀ ਨੂੰ ਜਾਣਦੀ ਹਾਂ। ਮੇਰੇ ਫਾਦਰ ਔਰ ਮੇਰੇ ਫਾਦਰ ਇਨ ਲਾਅ ਬਹੁਤ ਅੱਛੇ ਫਰੈਂਡ ਸੀਗੇ ਤੇ ਹੌਲੀ ਹੌਲੀ ਉਹਨਾਂ ਦੀ ਦੋਸਤੀ ਜਿਵੇਂ ਜਿਵੇਂ ਵਧੀ ਉਵੇਂ ਸਾਡਾ ਫਿਰ ਬਾਅਦ ਵਿੱਚ ਰਿਸ਼ਤਾ ਤੈਅ ਹੋ ਗਿਆ ਤੇ 36 ਸਾਲ ਹੋ ਗਏ ਇਸ ਗੱਲ ਨੂੰ। ਤੇ ਮੈਂ ਮਤਲਬ ਇਸ ਫੈਮਿਲੀ 'ਚ ਆ ਕੇ ਏਦਾਂ ਕਦੇ ਨਹੀਂ ਲੱਗਿਆ ਕਿ ਮੈਂ ਸਹੁਰੇ ਘਰ 'ਚ ਆਈ ਹਾਂ। ਮਤਲਬ ਹਮੇਸ਼ਾ ਮੈਨੂੰ ਆਪਣੇ ਇੱਕ ਆਪਣੇਪਨ ਵਾਲੀ ਫੀਲਿੰਗ ਸ਼ੁਰੂ ਤੋਂ ਹੀ ਸਾਰੀ ਫੈਮਿਲੀ ਤੋਂ ਮੈਨੂੰ ਰਹੀ ਹੈ। ਨੋਨ ਇੰਟਰਫੇਅਰਿੰਗ, ਇੰਡੀਪੈਂਡੈਂਟ, ਦੂਸਰੇ ਨੂੰ ਵੀ ਪੂਰੀ ਆਜ਼ਾਦੀ ਦੇਣ ਵਾਲਾ ਹੀ ਨੇਚਰ ਹੈ। ਕੋਈ ਇਸ ਤਰ੍ਹਾਂ ਨਹੀਂ ਹੈਗਾ ਕਿ ਜੋ ਕਹਿਤਾ ਉਹੀ ਕਰਨਾ। ਉਹਨਾਂ ਦਾ ਹੁੰਦਾ ਕਿ ਜੋ ਤੁਸੀਂ ਆਪ ਚਾਹੁੰਦੇ ਹੋ ਉਹ ਤੁਸੀਂ ਕਰੋ। ਖਾਸ ਕਰ ਬੱਚਿਆਂ ਵਾਸਤੇ ਬਹੁਤ ਜ਼ਿਆਦਾ ਹੈਲਪਫੁਲ ਨੇ। ਦੋ ਬੱਚੇ ਹਨ ਸਾਡੇ, ਇੱਕ ਬੇਟਾ ਹੈ ਇੱਕ ਬੇਟੀ ਆ। ਜਿਹੜਾ ਬੇਟਾ ਹੈ ਉਹ ਪੜ੍ਹ ਲਿਖ ਕੇ ਆਪੇ ਆਪਣੀ ਮਿਹਨਤ ਦੇ ਨਾਲ ਉਹ IT ਪ੍ਰੋਫੈਸ਼ਨਲ ਬਣ ਗਿਆ ਹੈਗਾ ਤੇ ਉਹ ਆਸਟ੍ਰੇਲੀਆ ਦੇ ਵਿੱਚ ਮੈਰਿਡ ਹੈ। ਉਹਦੇ ਦੋ ਬੇਟੀਆਂ ਨੇ। ਬੇਟੀ ਮੇਰੀ ਜਿਹੜੀ ਆ ਉਹ ਉਹਨੇ ਮਾਸਟਰਸ ਕੀਤੀ ਹੈਗੀ ਆ ਇੰਟੀਰੀਅਰ ਐਂਡ ਐਕਸਟੀਰੀਅਰ ਲੈਂਡਸਕੇਪਿੰਗ ਦੇ ਵਿੱਚ ਤੇ ਉਹ ਵੀ ਮੈਰਿਡ ਹੈ ਤੇ ਉਹ ਕਰਨਾਲ ਰਹਿੰਦੀ ਹੈਗੀ ਆ। ਤੇ ਇੰਨਾ ਸਾਡਾ ਪਰਿਵਾਰ ਹੈ। ਬਾਕੀ ਫਾਦਰ ਮਦਰ ਨੇ, ਫਾਦਰ ਡਾਕਟਰ SS ਜੌਲ ਨੇ, ਉਹ ਅਕੈਡਮਿਸ਼ੀਅਨ ਨੇ ਤੇ ਦੋ ਤਿੰਨ ਯੂਨੀਵਰਸਿਟੀਆਂ ਦੇ ਉਹ ਵਾਈਸ ਚਾਂਸਲਰ ਚਾਂਸਲਰ ਰਹੇ ਨੇ ਤੇ ਹੁਣ ਵੀ ਚਾਂਸਲਰ ਨੇ। ਜਨਮੇਜੇ ਬਾਰੇ ਮੈਂ ਤਾਂ ਇਹ ਕਹਿ ਸਕਦਾ ਇੱਕ ਸਾਧੂ ਆਦਮੀ ਹੈ। ਇਹਨੂੰ ਕੋਈ ਫਾਰਮੈਲਿਟੀ ਨਹੀਂ ਇਹਦੇ ਵਿੱਚ। ਜੇ ਕੋਈ ਨਾ ਕਦੇ ਇਹਨੇ ਕਦੇ ਮੈਚ ਕਰਕੇ ਕੋਈ ਕੱਪੜਾ ਪਾਇਆ
ਨਾ ਕਦੇ ਨਹੀਂ ਸ਼ੀਸ਼ੇ ਨੇ ਪੱਗ ਵੇਖੀ ਕੁੜਿਆ ਜਾਂਦਾ ਜਾਂਦਾ ਪੱਗ ਬੰਨ ਲੈਂਦਾ ਫੇਰ ਵੀ ਚੰਗੀ ਬੰਨ ਲੈਂਦਾ ਓਰਿਜਨਲ ਥਿੰਕਰ ਹੈ ਆਊਟ ਆਫ ਦੀ ਬਾਕਸ ਥਿੰਕਿੰਗ ਕਰਦਾ ਹੈ ਇਹ ਟ੍ਰੈਡੀਸ਼ਨ ਚ ਨਹੀਂ ਜਾਂਦਾ ਬਿਲਕੁਲ ਔਰ ਸ਼ੌਕ ਇਹਦਾ ਹੈਗਾ ਕਿ ਦੇਖਣ ਦਾ ਔਰ ਸਾਰੇ ਜੋ ਆਪਣੇ ਦੇਸ਼ ਦੀਆਂ ਕਲਚਰ ਆਸਪੈਕਟ ਦੇਖਣ ਦਾ ਤੋਂ ਕਿੱਥੋਂ ਆ ਕੇ ਆਪਣੇ ਤੋਂ ਕਾਰਗਿਲ ਤੋਂ ਲੈ ਕੇ ਰਾਜਸਥਾਨ ਤੱਕ ਪੁਨਾ ਹਰ ਜਗ੍ਹਾ ਤੇ ਕਿਸੇ ਨੇ ਕਿਹਾ ਚੱਲ ਚੱਲੀਏ ਤੇ ਕਾਰ ਚੁੱਕੇ ਤੁਰ ਪਏ ਪਰ ਇਹ ਫਜ਼ੂਲ ਨਹੀਂ ਜਾਂਦਾ ਉੱਥੋਂ ਕੋਈ ਕਲਚਰਲ ਚੀਜ਼ਾਂ ਜਾਂ ਐਸੀਆਂ ਐਸੀਆਂ ਚੀਜ਼ਾਂ ਲਿਆਉਂਦਾ ਜਿਹੜੇ ਲੋਕਾਂ ਦੇ ਦੀ ਨਿਗਾਹ ਵਿੱਚ ਨਹੀਂ ਹੈ ਇਸੇ ਤਰ੍ਹਾਂ ਹੈਰੀਟੇਜ ਦੀਆਂ ਵੀ ਉਹ ਚੀਜ਼ਾਂ ਜਿਹੜੀਆਂ ਇਕੱਠੀਆਂ ਕੀਤੀਆਂ ਔਰ ਫੋਟੋਗ੍ਰਾਫਰ ਜਿਹੜਾ ਹੈ ਆਰਟ ਫੋਟੋਗ੍ਰਾਫਰ ਜਿਹੜਾ ਹੈ ਕਿ ਪਾਰ ਐਕਸਲੈਂਸ ਹੈ ਹਟਕੇ ਜਿਹਨੂੰ ਕਹਿੰਦੇ ਹੋ ਕਦੇ ਪੋਰਟਰੇਟ ਫੋਟੋ ਨਹੀਂ ਕੀਤੀ ਇਸਨੇ ਘਰ ਦੀ ਤਾਂ ਕਦੇ